ਸਤਿ ਸ਼੍ਰੀ ਅਕਾਲ, ਮੈਂ ਮੌਲੀ ਸੈਮੀ ਤੁਹਾਡਾ ਆਪਣੇ ਚੈਨਲ ਮੌਲੀ ਡੇਜ਼ ਆਊਟ 'ਚ ਸਵਾਗਤ ਕਰਦੀ ਹਾਂ। ਵੈਸੇ ਤਾਂ ਹਰ ਸ਼ਹਿਰ ਦੀ ਇੱਕ ਆਪਣੀ ਅਲੱਗ ਖਾਸ ਪਹਿਚਾਣ ਅਤੇ ਖਾਸੀਅਤ ਹੁੰਦੀ ਹੈ। ਹਰ ਸ਼ਹਿਰ ਵਿੱਚ ਕੁਛ ਨਾ ਕੁਛ ਖਾਸ ਪਾਇਆ ਜਾਂਦਾ ਹੈ, ਅਤੇ ਜੇ ਆਪਾਂ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਇੱਕ ਰਾਜੇ ਮਹਾਰਾਜਿਆਂ ਦਾ ਸ਼ਾਹੀ ਸ਼ਹਿਰ ਹੈ, ਤਾਂ ਇੱਥੇ ਵਸਤੂਆਂ ਵੀ ਸ਼ਾਹੀ ਹਨ, ਜਿਵੇਂ ਕਿ ਪਟਿਆਲਾ ਸ਼ਾਹੀ ਸਲਵਾਰ, ਪਟਿਆਲਾ ਸ਼ਾਹੀ ਪੱਗ, ਪੰਜਾਬੀ ਜੁੱਤੀ, ਪਟਿਆਲਾ ਦੇ ਪਰਾਂਦੇ ਅਤੇ ਪਟਿਆਲਾ ਦੇ ਨਾੜੇ। ਪਟਿਆਲਾ ਦੇ ਨਾਲਿਆਂ ਵਾਲੇ ਤੁਸੀਂ ਇੱਕ ਸੌਂਗ ਜ਼ਰੂਰ ਸੁਣਿਆ ਹੋਏਗਾ, ਜਿੰਦ ਮਾਹੀ ਜੇ ਚੱਲਿਓ ਪਟਿਆਲੇ, ਉੱਥੋਂ ਲਿਆਵੀ ਰੇਸ਼ਮੀ ਨਾਲੇ। ਤਾਂ ਇਸ ਤਰ੍ਹਾਂ ਹੀ ਪਟਿਆਲਾ ਦੇ ਅਲੱਗ ਅਲੱਗ ਚੀਜ਼ਾਂ ਉੱਤੇ ਅਲੱਗ ਅਲੱਗ ਸੌਂਗਸ ਵੀ ਬਣੇ ਹੋਏ ਹਨ। ਇਸ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਕਿ ਪਟਿਆਲਾ ਦੇ ਇੱਕ ਬਹੁਤ ਪੁਰਾਣੇ ਬਜ਼ੁਰਗ, ਜੋ ਕਿ 75 ਸਾਲ ਦੇ ਹਨ, 45 ਸਾਲਾਂ ਤੋਂ ਉਹ ਪੰਜਾਬੀ ਜੁੱਤੀ ਬਣਾਉਂਦੇ ਹਨ, ਉਹਨਾਂ ਨੂੰ ਜੁੱਤੀ ਬਹੁਤ ਵਧੀਆ ਮੰਨੀ ਜਾਂਦੀ ਹੈ। ਅਤੇ ਉਹਦੇ ਨਾਲ ਹੀ ਮੈਂ ਤੁਹਾਨੂੰ ਹੋਲਸੇਲ ਮਾਰਕੀਟ ਲੈ ਕੇ ਜਾਵਾਂਗੀ ਪਟਿਆਲਾ ਦੀ ਪੰਜਾਬੀ ਜੁੱਤੀਆਂ ਦੀ। ਇਸ ਤੋਂ ਬਾਅਦ ਆਪਾਂ ਸਲਵਾਰ ਦਾ ਸੈਕਸ਼ਨ ਕਵਰ ਕਰਾਂਗੇ, ਕਿ ਉੱਥੇ ਤੁਹਾਨੂੰ ਮੈਂ ਅਲੱਗ ਵਰਾਇਟੀ ਦਿਖਾਵਾਂਗੀ ਕਿ ਕਿਸ ਤਰ੍ਹਾਂ ਦੀ ਸਲਵਾਰ ਮਿਲਦੀ ਹੈ, ਪਟਿਆਲਾ ਦੀ ਸਲਵਾਰ ਦੀ ਕੀ ਖਾਸੀਅਤ ਹੁੰਦੀ ਹੈ। ਅਤੇ ਉਹਦੇ ਨਾਲ ਹੀ ਤੁਹਾਨੂੰ ਮੈਂ ਪਟਿਆਲਾ ਦੇ ਰੇਸ਼ਮੀ ਨਾਲਿਆਂ ਬਾਰੇ ਦੱਸਾਂਗੀ ਕਿ ਇਹ ਪਟਿਆਲਾ ਦੇ ਰੇਸ਼ਮੀ ਨਾਲੇ ਮਸ਼ਹੂਰ ਕਿਉਂ ਹਨ, ਅਤੇ ਨਾਲ ਹੀ ਤੁਹਾਨੂੰ ਪਰਾਂਦੀਆਂ ਦਿਖਾਵਾਂਗੀ। ਹਾਂਜੀ, ਅਤੇ ਜਿਹੜੀ ਪਟਿਆਲਾ ਸ਼ਾਹੀ ਪੱਗ ਹੈ ਉਹ ਮੈਂ ਅਗਲੀ ਵੀਡੀਓ 'ਚ ਕਵਰ ਕਰਨ ਵਾਲੀ ਹਾਂ, ਅਤੇ ਉਸ ਵਿੱਚ ਇਹ ਵੀ ਦਿਖਾਵਾਂਗੀ, ਉਹ ਸਿਖਾਇਆ ਵੀ ਜਾਏਗਾ ਕਿ ਪਟਿਆਲਾ ਸ਼ਾਹੀ ਪੱਗ ਕਿਵੇਂ ਬੰਨ੍ਹੀ ਜਾਂਦੀ ਹੈ, ਅਤੇ ਉਹਦਾ ਇਤਿਹਾਸ ਦੱਸਿਆ ਜਾਏਗਾ, ਸਭ ਕੁਝ ਤੁਹਾਨੂੰ ਡਿਟੇਲ 'ਚ ਦੱਸਿਆ ਜਾਏਗਾ ਮੇਰੀ ਅਗਲੀ ਵੀਡੀਓ ਦੇ ਵਿੱਚ, ਤਾਂ ਉਹ ਮੈਂ ਅਗਲੇ ਹਫ਼ਤੇ ਅਪਲੋਡ ਕਰਾਂਗੀ। ਤਾਂ ਚਲੋ ਹੁਣ ਆਪਾਂ ਆਪਣੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹਿਣਾ, ਅਤੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅੱਜ ਅਸੀਂ ਆਏ ਹਾਂ ਤੂੜੀ ਬਾਜ਼ਾਰ, ਜੋ ਕਿ ਅਨਾਰਦਾਨਾ ਚੌਂਕ ਦੇ ਕੋਲ ਹੈ, ਤੇ ਅੱਜ ਮੈਂ ਸ਼ੂਟ ਕਰਨ ਵਾਲੀ ਹਾਂ ਪੰਜਾਬੀ ਜੁੱਤੀ ਮੇਕਿੰਗ ਦਾ, ਜੋ ਕਿ 75 ਸਾਲ ਦੇ ਬਜ਼ੁਰਗ ਆਦਮੀ ਬਣਾਉਂਦੇ ਹਨ, ਅਤੇ ਇਹ ਪਟਿਆਲਾ ਦੇ ਸਭ ਤੋਂ ਪੁਰਾਣੇ ਬਜ਼ੁਰਗ ਹਨ ਜੋ ਕਿ ਪੰਜਾਬੀ ਜੁੱਤੀ ਬਣਾਉਂਦੇ ਹਨ। ਚਲੋ ਆਪਾਂ ਜਾਣਦੇ ਹਾਂ ਉਹ ਪੰਜਾਬੀ ਜੁੱਤੀ ਮੇਕਿੰਗ ਦਾ। ਅੱਜ ਆਪਾਂ ਜਾਣਾਂਗੇ ਅੰਕਲ ਤੋਂ ਕਿ ਕਿਸ ਤਰ੍ਹਾਂ, ਕਿੰਨੇ ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦੇ। ਅੰਕਲ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਕੰਮ ਕਰਦੇ? 45 ਸਾਲ। 45 ਸਾਲ ਹੋ ਗਏ ਜੀ? 40 ਸਾਲ ਜੀ, 40 ਸਾਲ। ਅੱਛਾ, 45 ਸਾਲ ਹੋ ਗਏ ਆ। ਅੰਕਲ ਜੁੱਤੀ ਬਣਾਉਂਦੇ ਨੇ ਪਿਓਰ ਲੈਦਰ ਦੀ, ਬਿਲਕੁਲ ਖਾਲਸ ਹੁੰਦੀ ਹੈ ਇਹਨਾਂ ਦੀ ਜੁੱਤੀ। ਤੇ ਅੱਜ ਤੁਸੀਂ ਦੇਖ ਸਕਦੇ ਹੋ ਕੁਝ ਸੈਂਪਲ ਜੁੱਤੀ ਦੇ, ਜੋ ਕਿ ਇਹਨਾਂ ਦੁਆਰਾ ਬਣਾਏ ਗਏ ਆ। ਅੰਕਲ ਤੁਹਾਡੀ ਜਿਹੜੀ ਮੈਂ ਜੁੱਤੀ ਬਣਵਾਈ ਸੀ ਅੰਕਲ ਤੋਂ, ਜੋ ਕਿ ਮੈਨੂੰ ਬਹੁਤ ਪਿਆਰੀ ਹੈ, ਇਹਨੂੰ ਕਹਿੰਦੇ ਖੁੱਸਾ। ਤੇ ਅੰਕਲ ਕਿੰਨੇ ਕੀ ਪ੍ਰਾਈਸ ਹੁੰਦਾ ਤੁਹਾਡੀ ਜੁੱਤੀ ਦਾ ਜਿਹੜੀ ਤੁਸੀਂ ਬਣਾਉਂਦੇ ਹੋ? ਇਹ ਤਾਂ 2000 ਦੀ ਬਣੂਗੀ ਜੀ ਇਹਦੇ 'ਚ। ਅੱਛਾ, ਇਹ 2000 ਦੀ ਹੈ ਇਹਦੇ ਨਾਲ ਦੀ ਇਹ ਰੰਗ 'ਚ। ਅੱਛਾ, ਮਤਲਬ ਜੇ ਤਿੱਲੇ ਵਾਲੀ ਜੁੱਤੀ ਤੁਸੀਂ ਖੁੱਸਾ ਬਣਵਾਉਣੀ ਹੈ ਤਾਂ 2000 ਦੀ ਪਏਗੀ। ਤੇ ਅੱਜ ਆਪਾਂ ਸਿੰਪਲ ਬਣਵਾਣੀ ਹੋਈ ਅੰਕਲ, 1200 ਉਹ 1200 ਦੀ ਬਣੇਗੀ। ਇਹਦਾ ਕੀ ਪ੍ਰਾਈਸ ਹੈ? ਜੈਂਟਸ ਹੈ ਤੇ 1000 ਦੀ ਜੁੱਤੀ ਹੈ ਆਹ ਵਾਲੀ ਜਿਹੜੀ ਅੰਕਲ ਨੇ ਬਣਾਈ ਹੈ। ਅੰਕਲ ਜਦੋਂ ਆਪਾਂ ਤੁਹਾਨੂੰ ਆਰਡਰ ਦਿੰਦੇ ਆ, ਤੁਸੀਂ ਕਿੰਨੀ ਦੇਰ ਚ ਜੁੱਤੀ ਬਣਾ ਦਿੰਦੇ ਹੋ? 10 ਦਿਨ, 15 ਦਿਨ, ਜਿਹੜਾ ਮਰਜ਼ੀ ਰੰਗ ਹੋਵੇ। ਕੱਪੜੇ ਦੇ ਬਿਨਾ? ਕੱਪੜੇ ਦੇ ਬਿਨਾ। ਅੰਕਲ ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਬਾਂਤੀ ਸਿੰਘ ਹੈ ਜੀ। ਅੱਛਾ ਜੀ। ਮਕਾਨ ਨੰਬਰ 340 ਹੈ। ਠੀਕ ਹੈ, ਮਕਾਨ ਨੰਬਰ 340। ਠੀਕ ਹੈ ਜੀ, ਬਹੁਤ ਵਧੀਆ ਲੱਗਿਆ ਅੰਕਲ ਨਾਲ ਗੱਲ ਕਰਕੇ। ਅੰਕਲ ਨੇ ਆਪਣੇ ਕਿੱਤੇ ਨੂੰ ਛੱਡਿਆ ਨਹੀਂ ਹੈ ਜੀ। ਤੁਸੀਂ ਆਓ ਅੰਕਲ ਕੋਲ, ਜੁੱਤੀ ਬਣਵਾ ਕੇ ਜਾਓ। ਆਹ ਦੇਖੋ ਕੁਛ ਸੈਂਪਲ ਹੈ ਕਿ ਕਿਸ ਤਰ੍ਹਾਂ ਅੰਕਲ ਕੰਮ ਕਰਦੇ ਹੈ। ਆਹ ਪਏ ਹੈ, ਇਸ ਤਰ੍ਹਾਂ ਜੁੱਤੀ ਦੀ ਕਟਿੰਗ ਹੁੰਦੀ ਹੈ, ਪਿਓਰ ਲੈਦਰ ਦਾ ਕੰਮ ਹੈ ਸਾਰਾ। ਆਹ ਇਹਦਾ ਬੇਸ ਹੁੰਦਾ ਹੁੰਦਾ ਜਿੱਤੇ ਜੁੱਤੀ ਬਣ ਕੇ ਤਿਆਰ ਹੁੰਦੀ ਹੈ। ਹੁਣ ਮੈਂ ਪਹੁੰਚ ਚੁੱਕੀ ਹਾਂ ਦਲੀਪ ਜੁੱਤੀ ਸਟੋਰ, ਜੋ ਕਿ ਤੋਪਖਾਨਾ ਮੋੜ ਜੁੱਤੀਆਂ ਵਾਲੇ ਬਾਜ਼ਾਰ 'ਚ ਹੈ। ਇੱਥੇ ਹੋਲਸੇਲ ਦੀ ਅਤੇ ਰਿਟੇਲ ਦੀ ਦੋਨੋਂ ਦੀ ਵਰਾਇਟੀ ਮਿਲ ਜਾਂਦੀ ਹੈ। ਜੇਕਰ ਤੁਸੀਂ ਪੰਜਾਬੀ ਪਟਿਆਲਾ ਸ਼ਾਹੀ ਜੁੱਤੀ ਲੈਣੀ ਹੈ ਤਾਂ ਇੱਥੇ ਲੈ ਸਕਦੇ ਹੋ। ਚਲੋ ਆਪਾਂ ਜਾਣਦੇ ਹਾਂ ਕਿ ਕੀ ਪ੍ਰਾਈਸ 'ਤੇ ਆਪਾਂ ਨੂੰ ਜੁੱਤੀ ਮਿਲ ਸਕਦੀ ਹੈ ਇੱਥੋਂ। ਹੁਣ ਆਪਾਂ ਰਾਜ ਭਾਜੀ ਤੋਂ ਜਾਣਾਂਗੇ ਕਿ ਕੀ ਹੋਲਸੇਲ ਦੇ ਪ੍ਰਾਈਸ ਹੈ ਜੋ ਕਿ ਇਹ ਜੁੱਤੀ ਪ੍ਰੋਵਾਈਡ ਕਰਦੇ ਹੈ। ਹਾਂਜੀ ਭਾਜੀ, ਤੁਸੀਂ ਦੱਸੋਗੇ ਥੋੜਾ ਜਿਹਾ ਕਿ ਕਿਸ ਤਰ੍ਹਾਂ ਕੀ ਪ੍ਰਾਈਸ ਹੈ? ਟਿੱਕਾ ਚੀਜ਼ ਆ ਜਾਂਦੀ ਜੁੱਤੀ। ਹਾਂਜੀ, ਅੰਦਰੋਂ ਬਿਲਕੁਲ ਸੌਫਟ ਹੁੰਦੀ ਹੈ। ਠੀਕ ਹੈ ਜੀ,
होलसेल प्राइस है 150। ठीक है ठीक है जी। ਤੇ ਇਹ ਕਿੰਨੇ ਪੀਸਿਸ ਹੈ ਜਿਹੜੇ ਆਪਾਂ ਨੂੰ ਹੋਲਸੇਲ ਚ ਲੈਣੇ ਹੀ ਪੈਂਦੇ ਆ? ਕਰ ਤੋਂ 6 ਪੀਸ ਲੈਣੇ ਪੈਣਗੇ ਤੁਹਾਨੂੰ। 6 ਪੀਸ ਲੈਣੇ ਪੈਣਗੇ। 6 ਪੀਸ ਦਾ ਇੱਕ ਸੈੱਟ ਆਉਂਦਾ। ਠੀਕ ਹੈ ਜੀ। 6 ਪੀਸਾਂ ਦਾ ਇੱਕ ਸੈੱਟ ਆਏਗਾ। ਠੀਕ ਹੈ। ਅਗਰ ਇਹ ਹੀ ਆਪਾਂ ਰਿਟੇਲ ਤੇ ਲੈਣੀ ਹੋਏ? ਰਿਟੇਲ ਤੇ ਲੈਣੀ ਹੋਊਗੀ ਤਾਂ ਕਰ ਤੋਂ ਘੱਟ ਯਾਨੀ ਕਿ 350 750। जेडी नोक भी है ना सोल दे बिचो नोक है। अच्छा ठीक है। बैंड नहीं होएगी नोक। ऐदा ही रहूगी। बिलकुल जिस हिसाब से शेरवानी के जिम्मे वर्क होंगे ना उस हिसाब से। अच्छा पैरेट वाली जो हाँ, बहुत बरीकी वाला काम किया गया। बहुत प्यारी जुत्ती है। की प्राइस है? 950 की जुत्ती है। पैरट बनाया ना बहुत दिमाग नाल बनाया क्योंकि कम च फिनिशिंग है। ਲੱਗੂਗੀ ਨਹੀਂ ਡਬਲ ਕੁਸ਼ਨ ਦੇ ਵਿੱਚ ਜੁੱਤੀ। ਠੀਕ ਹੈ। ਇਹਦਾ ਕੀ ਪ੍ਰਾਈਸ ਹੈ? ਕਿਹੜੀ? ਇਹ 950 ਦੀ ਜੁੱਤੀ ਹੈ। ਠੀਕ ਹੈ। ਤੇ ਰਿਟੇਲ ਪ੍ਰਾਈਸ? ਰਿਟੇਲ ਦਾ 1550। ਬਾਕੀ ਜਿੱਦਾਂ ਦੀ ਕਹੋਗੇ ਉਦਾਂ ਦੀ ਬਣ ਜਾਂਦੀ ਆਪਣੇ ਕੋਲ ਦੁਕਾਨ ਤੇ ਜੁੱਤੀ। ਮਤਲਬ ਤੁਸੀਂ ਕਲਰਸ ਲਗਾ ਦੋਗੇ ਆਪਣੇ ਆਪ? ਕਲਰਸ ਕਸਟਮਰ ਕਹੇਗਾ ਅਗਰ ਮੈਚਿੰਗ ਦੇ ਸੂਟਸ ਦੀ ਬਣਾਉਣੀ ਹੈ ਜਿੱਦਾਂ ਦਾ ਲਹਿੰਗਾ ਹੁੰਦਾ ਹੈ ਉਦਾਂ ਦੀ ਮੇਰਾ ਕੰਮ ਹੋਈ ਹੈ ਚਾਰ ਪੰਜ ਮਿੰਟ ਦਾ। ਜੁੱਤੀਆਂ ਆਰਡਰ ਤੇ ਪ੍ਰੋਪਰ ਤਿਆਰ ਕੀਤੀਆਂ ਜਾਂਦੀਆਂ ਇੱਥੇ। ਜੈਨੂਅਲ ਰੇਟ ਤੇ ਹੋਊਗੀ। ਜੈਨੂਅਲ ਰੇਟ ਤੇ। ਹੁਣ ਮੈਂ ਪਹੁੰਚ ਗਈ ਹਾਂ ਖੰਨੇ ਦੀ ਹੱਟੀ ਜਿੱਥੇ ਕਿ ਮੈਂ ਪੰਜਾਬੀ ਨਾੜੇ ਬਾਰੇ ਅਤੇ ਪਰਾਂਦੀਆਂ ਬਾਰੇ ਤੁਹਾਨੂੰ ਜਾਣਕਾਰੀ
पटियाले दी विरासत पुरानी है ओनी ही साडी दुकान पुरानी है। चलो जी तो बहुत वधिया गल है ते तुसी मैनू थोड़ा जिहा पंजाबी नाड़ियां बारे दसोगे। मैम जिहड़े पंजाबी पहली गल तां नाले पहले इन्हां नूं नाले कहिंदे सी ड्यू टू टाइम दे जल जिवें चीज मतलब समें दे नाल कुछ नाम बदलते रहने हैं तो अजकल इन्हें लोग नाले ही कहने हैं पर असल च नाम नाड़े है जी। अच्छा तो ये पहला उरे साडे हाथ नाल बनते सी जिहड़े बजुर्ग होंदे सी मतलब जिहड़े पंजाबी अपने कल्चर दे विच घर दी जिहड़ी लेडीज होंदियां सी अपने रोज रूटीन वास्ते वह नाले बनाते सी जिहड़े सूट्स पाते हैं ठीक है जी। उस तो बाद उन्हों का मतलब ऐसे ही उन्होंने कमर्शलाइज किया उन्होंने असी बेचना शुरू करता ते आज दे टाइम च नाले हुण हाथ नाल नहीं बन रहे थोड़ा बहुत सिर्फ हैंड वर्क हैगा ते बाकी सारा मशीन वर्क है क्योंकि मशीन वर्क नाल इहदी की है कि ड्यूरेबिलिटी अच्छे बनन लग गए पर क्रिएटिविटी खत्म हो चुकी है ठीक है जी। पर फिर भी नाले जिहड़े कि पहला नाले और हुण दे नाले विच बहुत फर्क है ते हुण दी ड्यूरेबिलिटी बहुत वधिया है काफी टाइम तक चलदे ने। तुहाडे कोल कोई सैंपल पिया होएगा पुराने नाले आ देखो मैं घट्टो घट्ट मेरे सामने दी जिहड़ी टाइम है इह 50 तों उपर साल पुराना नाले जी। अच्छा जी इहदे विच जिवें इह 200 थ्रेड दी जाली बनी हुई है ठीक है ਇਹ ਹੈਂਡਵਰਕ ਜਾਲੀ ਹੈ ਸਾਰੀ ਜੀ ਠੀਕ ਹੈ ਪਹਿਲਾਂ ਇਹਦੇ ਵਿੱਚ ਮੈਮ ਜਿਵੇਂ ਨਾ ਉਹਰੇ ਡਿਜ਼ਾਈਨ ਬਣ ਜਾਂਦੇ ਸੀ ਉਹ ਮੇਰੇ ਕੋਲ ਹੁਣ ਸ਼ਾਇਦ ਨਾਲਾ ਹੈ ਨਹੀਂ ਹਾਂਜੀ ਕਿਉਂਕਿ ਕੁਝ ਟਾਈਮ ਬਾਅਦ ਅੱਗਾ ਪਿਓਰ ਹੈ ਰੇਸ਼ਮ ਖਰਾਬ ਹੈ ਜਿਵੇਂ ਆ ਦੇਖੋ ਤੁਸੀਂ ਦੇਖ ਰਹੇ ਹੋ ਇਹ ਡਿਜ਼ਾਈਨ ਬਣੇ ਹੋਏ ਨੇ ਠੀਕ ਹੈ ਠੀਕ ਹੈ ਜਿਹੜੇ ਹੁਣ ਦੇ ਨਾਲੇ ਨੇ ਇਹਦੇ ਇੱਥੇ ਵੀ ਡਿਜ਼ਾਈਨ ਹਾਂ ਜੀ ਇਹ ਤਾਂ ਹੁਣ ਵੀ ਹੈਂਡਵਰਕ ਇਹ ਕਾਰੀਗਰ ਹੈਗੇ ਆ ਸਾਡੇ ਕੋਲ ਅੱਛਾ ਠੀਕ ਇਹ ਹੁਣ ਵੀ ਅਸੀਂ ਹੈਂਡ ਇਹ ਤਾਂ ਇੰਨਾ ਕੰਮ ਤਾਂ ਹੈਂਡ ਨਾਲ ਹੋਰ ਹੀ ਹੋ ਰਿਹਾ ਠੀਕ ਹੈ ਇਹ ਦੇਖੋ ਮੈਂ ਅੱਜ ਕੱਲ ਦੇ ਮਸ਼ੀਨੀ ਨਾਲੇ ਹੈ ਸੇਮ ਇਹ ਮਸ਼ੀਨ ਨੇ ਕਵਰ ਕਰਤੇ ਨੇ ਕਿਉਂਕਿ ਹੁਣ ਜਿਹੜੇ ਆਪਣੇ ਕੋਲ ਲੋਕਾਂ ਕੋਲ ਟਾਈਮ ਵੀ ਨਹੀਂ ਹੈ ਕਿ ਹੱਥ ਨਾਲ ਕੰਮ ਕਰ ਸਕੇ ਰੇਸ਼ਮੀ ਆ ਪਰ ਇਹ ਵੀ ਹੈ ਨਾ ਇਹ ਵੀ ਕੁਆਲਿਟੀ ਥਰੈਡ ਦੀ ਕੁਆਲਿਟੀ ਸੇਮ ਹੀ ਹੈ ਇੰਨਾ ਵਰਕ ਹਜੇ ਵੀ ਹੈਂਡ ਵਰਕ ਨਾਲ ਹੀ ਹੋ ਰਿਹਾ ਇਹ ਕੰਮ ਹੁਣ ਵੀ ਹੋ ਰਿਹਾ ਡਾਈ ਓਮੀ ਹੋ ਰਿਹਾ ਸਭ ਕੁਝ ਓਮੀ ਬਣ ਰਿਹਾ ਦੋਨਾਂ ਚ ਫਿਰ ਫਰਕ ਕੀ ਹੈ ਜੇ ਆਪਾਂ ਮੈਮ ਜੇ ਦੇਖੀਏ ਇਹ ਨਾਲੇ ਦੇ ਵਿੱਚ ਫਰਕ ਕੀ ਹੈ ਕਿ ਇਹਦੇ ਵਿੱਚ ਕ੍ਰੀਏਟੀਵਿਟੀ ਹੋ ਜਾਂਦੀ ਸੀ ਇਹਦੇ ਵਿੱਚ ਤੁਸੀਂ ਡਿਜ਼ਾਈਨ ਪਾ ਲੈਂਦੇ ਸੀ ਜਿਵੇਂ ਜਾਲੀ ਦੇ ਵਿੱਚ ਡਿਜ਼ਾਈਨ ਬਣ ਜਾਂਦੇ ਠੀਕ ਹੈ ਇਹ ਹੈ ਕਿ ਹੁਣ ਲੋਕੀ ਨਹੀਂ ਹੈਗੇ ਮੈਂ ਤਾਂ ਚਾਹੁੰਦਾ ਕਿ ਲੋਕੀ ਬਣਾਉਣ ਸਿੱਖਣ ਪਰ ਕੁਛ ਅਜੇ ਕੋਈ ਲੋਕੀ ਕਰਨਾ ਨੀ ਜਾਂਦੇ ਕਿਉਂਕਿ ਇਸ ਨੂੰ ਟਾਈਮ ਬਹੁਤ ਲੱਗਦਾ ਇੱਕ ਨਾਲ ਨੂੰ ਬਣਾਉਣ ਚ 2 ਤੋਂ 3 ਦਿਨ ਲੱਗ ਜਾਂਦੇ ਠੀਕ ਹੈ ਜਿਹੜਾ ਇਹ ਮਸ਼ੀਨੀ ਨਾਲ ਆ ਫਿਰ ਤੁਹਾਨੂੰ ਪਤਾ ਜਿਹੜਾ ਮੈਂ ਮਸ਼ੀਨ ਤੇ ਹਿਊਮਨ ਬੀਇੰਗਸ ਦਾ ਕੋਈ ਕੰਪੀਟੀਸ਼ਨ ਕਰ ਨਹੀਂ ਸਕਦਾ ਜੀ ਹਾਂਜੀ ਹਾਂਜੀ ਤੇ ਸਰ ਇਹ ਪ੍ਰਾਈਸ ਦੱਸੋਗੇ ਜਿਹੜੇ ਆ ਹੱਥ ਨਾਲ ਬਣੇ ਨਾਲਿਆਂ ਦਾ ਕੀ ਜਿਹੜੇ ਹੱਥ ਵਾਲੇ ਨਾਲੇ ਮੈਮ ਇਸ ਵੇਲੇ ਤਾਂ ਕਮਰਸ਼ੀਅਲ ਸੇਲ ਲਈ ਕੋਈ ਨਹੀਂ ਹੈਗੇ ਮੈਮ ਇਹ ਤਾਂ ਸਿਰਫ ਸਾਡੇ ਇੱਕ ਤਰ੍ਹਾਂ ਦਾ ਇਤਿਹਾਸ ਹੈ ਸਾਂਭਿਆ ਹੋਇਆ ਜਿਹੜਾ ਮੈਂ ਸਾਂਭਿਆ ਹੋਇਆ ਫੇਰ ਵੀ ਇਹਨੂੰ ਕਾਫੀ ਅਸੀਂ ਮੇਨਟੇਨ ਕਰਕੇ ਰੱਖ ਰਹੇ ਹਾਂ ਹਾਂਜੀ ਕਿ ਮੇਰੇ ਕੋਲ ਬਚੇ ਰਹਿਣ ਠੀਕ ਹੈ ਹਾਂਜੀ ਤੇ ਜਿਹੜੇ ਮਸ਼ੀਨੀ ਨਾਲੇ ਨੇ ਮੈਮ ਜਿਹੜੇ ਮਤਲਬ ਨਾਲੇ ਤਾਂ ਉਹੀ ਨੇ ਇਹ ਕਿ ਇਹਨਾਂ ਦੀ ਥੋੜੀ ਕੁਆਲਿਟੀ ਵਧੀਆ ਹੋ ਗਈ ਹੈ ਇਹ ਅਸਲ ਚ 10 ਰੁਪਏ ਤੋਂ ਲੈ ਕੇ 30 ਰੁਪਏ ਤੱਕ ਦੇ ਨਾਲੇ ਬਣਦੇ ਨੇ ਜੀ ਜੋ ਸਾਡਾ ਰੇਟ ਹੈ ਠੀਕ ਹੈ ਬਾਜ਼ਾਰ ਚ ਕੀ ਹੈ ਕਿ ਲੋਕਾਂ ਨੂੰ ਪਤਾ ਹੈ ਨਹੀਂ ਉਹ ਗਲਤ ਕੰਮ ਕਰ ਰਹੇ ਹਾਂ ਅਸੀਂ ਕਰਦੇ ਨਹੀਂ ਠੀਕ ਹੈ ਕਿ ਸਮਝੋ 120 ਰੁਪਏ ਦੇ 12 ਨਾਲੇ ਤੋਂ ਲੈ ਕੇ 360 ਰੁਪਏ ਤੱਕ ਦੇ ਹੀ 12 ਨਾਲੇ ਆਉਂਦੇ ਆ ਠੀਕ ਹੈ ਤੇ ਚ ਕਲਰਫੁਲ ਹੁੰਦੇ ਆ ਕੁਝ ਜਰੀ ਵਾਲੇ ਹੁੰਦੇ ਆ ਜਿਵੇਂ ਆ ਦੇ ਜਰੀ ਵਾਲੇ ਆ ਇਹ ਸਾਡੇ ਉਰੇ ਜਿਹੜੇ ਆਪਣੇ ਪੰਜਾਬੀ ਡਰੈਸ ਦੇ ਨਾਲ ਰੱਖੇ ਜਾਂਦੇ ਆ ਅੱਛਾ ਗਿੱਧੇ ਜਾਗੂ ਦੀ ਡਰੈਸ ਚ ਪੈਂਦੇ ਆ ਕਾਫੀ ਇਸ ਤਰ੍ਹਾਂ ਦੇ ਹੁੰਦੇ ਆ ਠੀਕ ਹੈ ਇਹ ਕਿਹੜਾ ਮੈਮ ਇਹ ਸਾਰੇ ਵੂਲਨ ਵਰਕ ਹੈ ਜੀ ਵੂਲਨ ਵਰਕ ਹੈ ਓਕੇ ਇਹ ਸਾਰਾ ਮਸ਼ੀਨੀ ਵਰਕ ਹੈ ਠੀਕ ਹੈ ਠੀਕ ਹੈ ਮੈਮ ਇਹ ਮਸ਼ੀਨਾਂ ਵੀ ਮਤਲਬ ਸਾਡੀਆਂ ਆਪਦੀਆਂ ਹੀ ਚੱਲ ਰਹੀਆਂ ਓਕੇ ਜੀ ਇਹ ਮੈਮ ਟ੍ਰੈਡੀਸ਼ਨਲ ਬਣਾਉਂਦੇ ਨੇ ਸਭ ਤੋਂ ਪੁਰਾਣਾ ਡਿਜ਼ਾਈਨ ਹੈ ਘੱਟੋ ਘੱਟ ਡਿਜ਼ਾਈਨ 150 ਸਾਲ ਪੁਰਾਣਾ ਹੋਏਗਾ ਜੀ ਇਹ ਵਾਲਾ ਓਕੇ ਇਹਦੇ ਵਿੱਚ ਕੀ ਹੈ ਕਿ ਪਹਿਲਾਂ ਪਿਓਰ ਜਰੀ ਪਿਓਰ ਸਿਲਕ ਦਾ ਬੰਦਾ ਸੀ ਇਹ ਹੈ ਕਿ ਹੁਣ ਸਿੰਥੈਟਿਕ ਵਰਕ ਹੋ ਗਿਆ ਤੇ ਇਹਦਾ ਰੇਟ ਵੀ ਬਹੁਤ ਘੱਟ ਚੁੱਕਾ ਜੇ ਯਾਨੀ ਇਹ ਸਾਡੇ ਕੋਲ ਸਿਰਫ 120 ਤੋਂ ਸ਼ੁਰੂ ਹੈ ਕੰਪਲੀਟ 120 ਰੁਪਏ ਤੋਂ ਇਹ ਵਾਲਾ ਡਿਜ਼ਾਈਨ ਸਾਡੇ ਕੋਲ ਮਿਲ ਜਾਏਗਾ ਉਸ ਤੋਂ ਬਾਅਦ ਇਹ ਡਿਜ਼ਾਈਨ ਹੈ ਇਹ ਵੀ 120 ਦੀ ਰੇਂਜ 'ਚ ਹੈ ਠੀਕ ਹੈ ਇਹ ਮੈਮ ਰੇਟ ਘੱਟਦੇ ਵੱਧਦੇ ਰਹਿੰਦੇ ਜੀ ਜਿਵੇਂ ਡਿਮਾਂਡ ਜਾਂ ਕੁਛ ਮਟੀਰੀਅਲ ਕੋਸਟ ਵੱਧ ਘੱਟ ਜਾਂਦੀ ਹੈ ਉਸ ਹਿਸਾਬ ਨਾਲ ਰੇਟ ਰਹਿੰਦੇ ਜਿਵੇਂ ਮੈਮ ਟ੍ਰੈਡੀਸ਼ਨਲ ਜਲੇਬੀ ਵਾਲਾ ਡਿਜ਼ਾਈਨ ਹੈ ਦੇਖੋ ਮੈਂ ਜਲੇਬੀ ਬਣੀ ਹੋਈ ਹੈ ਇਹ ਹੁਣ ਵੀ ਅਸੀਂ ਬਣਾ ਰਹੇ ਹਾਂ ਲੋਕਾਂ ਨੇ ਇਹਨੂੰ ਬਾਜ਼ਾਰਦਿਆਂ ਨੇ ਕਹਿੰਦੇ ਕਿ ਬੰਦ ਹੋ ਗਿਆ ਵਿਕਣਾ ਪਰ ਮੇਰੇ ਕੋਲ ਹਜੇ ਵੀ ਇਹਦੀ ਸੇਲ ਹੈਗੀ ਹੈ ਕੋਈ ਜਿਨ੍ਹਾਂ ਨੂੰ ਪਤਾ ਕਿ ਅੱਜ ਜਲੇਬੀ ਵਾਲੀ ਪਰਾਂਦੀ ਆਉਂਦੀ ਹੈ ਤਾਂ ਸਾਡੇ ਕੋਲ ਡਿਮਾਂਡ ਕਰਦੇ ਆ ਤੇ ਵਿਕਦੀ ਹੈ ਆਹ ਦੇਖੋ ਮੈਮ ਜਿਵੇਂ ਆਹ ਨੋਟ ਕਹਿੰਦੇ ਆ ਅਰਬੀ ਕੱਟ ਇਹ ਵੀ ਸਾਡੀ ਨੋਟਸ ਹੈ ਇਹ ਸਾਰੀਆਂ ਹੈਂਡ ਵਰਕ ਹੈ ਟੋਟਲੀ ਹੈਂਡਮੇਡ ਹੈ ਓਕੇ ਠੀਕ ਹੈ ਕੀ ਪ੍ਰਾਈਸ ਹੈ ਮੈਮ ਇਹ 150 ਤੋਂ ਲੈ ਕੇ 180 ਦੀ ਸੀਰੀਜ਼ ਚ ਆਉਂਦੀ ਹੈ ਜੀ ਇਹ ਅੱਜ ਕੱਲ ਮੈਮ ਹੁਣ ਕੁਝ ਗੋਟੇ ਵਾਲੀ ਪਰਾਂਦੀਆਂ ਨੇ ਬਹੁਤ ਹਿੱਟ ਚੱਲ ਰਹੀਆਂ ਨੇ ਇਹਦੀ ਡਿਮਾਂਡ ਚੱਲ ਰਹੀ ਹੈ ਇਹ ਸਮਝ ਲਓ 200-250 ਤੋਂ ਇਹ ਵੀ ਸ਼ੁਰੂ ਹੋ ਗਈ ਹੈ ਸਾਡੀ ਦੁਕਾਨ ਤੇ ਆ ਮੈਮ ਸਾਰੇ ਡਿਜ਼ਾਈਨ ਹੈ ਇਹਦੇ ਵਿੱਚ ਕਾਫੀ ਡਿਜ਼ਾਈਨ ਹੈ ਸਾਡੇ ਕੋਲ 100 ਤੋਂ ਉੱਤੇ ਡਿਜ਼ਾਈਨ ਹੋਏਗਾ ਮੈਮ ਇਹ ਝੁਮਕੀਆਂ ਵਾਲਾ ਡਿਜ਼ਾਈਨ ਹੈ ਜੀ ਇਹਦਾ ਕੀ ਪ੍ਰਾਈਸ ਹੈ ਇਹ 350-450 ਦੇ ਵਿੱਚ ਆਉਂਦੀਆਂ ਜੀ ਓਕੇ ਮੈਮ ਜਿਹੜੇ ਸਾਡੇ ਕੋਲ ਪਰਾਂਦੀਆਂ ਨੇ ਸਮਝੋ ਤੁਹਾਨੂੰ ਗਿਫਟ ਦੇਣ ਲਈ 50 ਰੁਪਏ ਪੀਸ ਤੋਂ ਵੀ ਮਿਲ ਜਾਣਗੀਆਂ ਓਕੇ ਤੇ ਮੇਰੇ ਕੋਲ 800-900 ਰੁਪਏ ਪੀਸ ਤੱਕ ਦੀ ਪਈਆਂ ਨੇ ਜਿਹੜੀ ਬਾਜ਼ਾਰ 1400-1500 ਮਿਲੇਗੀ ਨਾ ਸਾਡੇ ਕੋਲ 800-900 ਚ ਅਸੀਂ ਦੇ ਦਿੰਦੇ ਹਾਂ ਕਸਟਮਰ ਨੂੰ ਸਾਡਾ ਮੇਨ ਕੰਮ ਹੈਗਾ ਮੈਨੂਫੈਕਚਰਿੰਗ ਟੂ ਡਿਟੇਲਿੰਗ ਅਸੀਂ ਹੋਲਸੇਲ ਵੀ ਕਰਦੇ ਹਾਂ ਮੈਨੂਫੈਕਚਰਿੰਗ ਤਾਂ ਸਾਡੀ ਸਾਰਾ ਕੁਝ ਸਾਡੇ ਅੰਦਰ ਹੀ ਬੰਦ ਹੈ
ਇਵਨ ਕਿ ਰਾ ਮਟੀਰੀਅਲ ਸਾਡਾ ਡਾਇਰੈਕਟ ਆ ਰਿਹਾ ਤੇ ਸਾਰਾ ਕੁਝ ਅਸੀਂ ਅੰਦਰ ਬਣਾ ਰਹੇ ਹਾਂ ਠੀਕ ਹੈ ਇਹ ਸਾਰੀ ਚੀਜ਼ਾਂ ਸਾਡੇ ਕੋਲ ਹੁੰਦੀਆਂ ਤੇ ਆ ਪਰਾਂਦੀਆਂ ਰੀਅਲ ਫੈਦਰ ਲੱਗਿਆ ਪੀਕੋਕ ਦੇ ਤੇ ਜਿਹੜੇ ਸਾਡੇ ਕੋਲ ਕਸਟਮਰ ਹੈਗੇ ਨੇ ਜਿਹੜਾ ਕੁਆਲਿਟੀ ਮੰਗਦਾ ਤਾਂ ਉਸ ਹਿਸਾਬ ਦੀ ਕੁਆਲਿਟੀ ਦੇ ਮਤਲਬ ਇਹਦੇ ਸਾਡੇ ਕੋਲ 10 ਤੋਂ ਉੱਪਰ ਦਾ ਹੀ ਨਾ ਸਹਿਜ ਕ੍ਰੀਏਸ਼ਨ ਜਿੱਥੇ ਕਿ ਮੈਂ ਦੇਖਾਂਗੀ ਪਟਿਆਲਾ ਸਲਵਾਰ ਜੋ ਕਿ ਦਰਜੀਆਂ ਵਾਲੀ ਮਾਰਕੀਟ ਫਸਟ ਫਲੋਰ ਤੇ ਸ਼ੋਪ ਨੰਬਰ 1 ਹੈ ਚਲੋ ਚੱਲ ਕੇ ਦੇਖਦੇ ਹਾਂ ਇਹਨਾਂ ਦੇ ਕੋਲ ਸਲਵਾਰਾਂ ਦੀ ਵਰਾਇਟੀ ਜੋ ਕਿ ਬਹੁਤ ਫੇਮਸ ਹੈ ਪਟਿਆਲਾ ਦੀ ਸਲਵਾਰ ਇਹ ਪਲੇਨ ਸਲਵਾਰ ਆ ਜਾਏਗੀ ਜੀ ਪਟਿਆਲਾ ਸ਼ਾਹੀ ਠੀਕ ਹੈ ਜੀ ਇੱਕ ਅਗਰ ਇਸ ਤੋਂ ਵੀ ਹੈਵੀ ਲੈਣਾ ਚਾਹੋ ਤਾਂ ਇਸ ਤੋਂ ਹੈਵੀ ਵੀ ਹੈਗੀ ਹੈ ਕੋਟਨ ਵਿਚ ਸਪੈਸ਼ਲ ਪਟਿਆਲਾ ਸਲਵਾਰ 4 ਮੀਟਰ ਦੀ ਜਿਹਦੀ ਪਿੱਛੇ ਕੀ ਫੋਲ ਬਣਦੀ ਹੈ ਜਿਹਦੇ ਲੋਕੀ ਸਪੈਸ਼ਲ ਪਟਿਆਲਾ ਲੈਣ ਹੀ ਆਉਂਦੇ ਨੇ ਠੀਕ ਹੈ ਜੀ ਇਹ ਸਿਰਫ ਸਾਡੀ ਦੁਕਾਨ ਤੇ ਹੀ ਅਵੇਲੇਬਲ ਹੁੰਦੀ ਹੈ ਜੀ ਦੁਪੱਟਾ ਵੀ ਆਏਗਾ ਸਿਰਫ ਤੁਹਾਨੂੰ ਸ਼ਰਟ ਲੈਣੀ ਦੁਪੱਟੇ ਨਾਲ ਬਿਲਕੁਲ ਮੈਚਿੰਗ ਨਾਲ ਦੁਪੱਟੇ ਤੇ ਚਿਕਨ ਵਰਕ ਵੀ ਹੋਇਆ ਪਿਆ ਹਾਂਜੀ ਇਹ 700 ਦੀ ਕੋਸਟ ਕਰੇਗਾ ਠੀਕ ਹੈ ਦੋਨੋਂ ਚੀਜ਼ਾਂ ਕੋਟਨ ਦੀ ਡਿਜੀਟਲ ਵਰਕ ਜਿਹਨੂੰ ਕਹਿ ਦਿੰਦੇ ਆ ਡਿਜੀਟਲ ਨਾਲ ਚਿਕਨ ਵਰਕ ਅਸੀਂ ਐਡ ਕੀਤਾ ਹੋਇਆ ਬਹੁਤ ਪਿਆਰਾ ਵਰਕ ਹੋਇਆ ਹੋਇਆ ਇਸਦੇ ਨਾਲ ਇਹ ਕਿੰਨੇ ਮੀਟਰ ਹੈ ਜੀ ਸਲਵਾਰ ਇਹ 3.5 ਮੀਟਰ ਦੀ ਹੁੰਦੀ 3.5 ਮੀਟਰ ਹਾਂਜੀ ਠੀਕ ਹੈ ਇਸਦੇ ਨਾਲ ਅਸੀਂ ਦੁਪੱਟਾ ਵੀ ਬਣਾਇਆ ਸ਼ਰਟ ਕਸਟਮਰ ਆਪਣੀ ਪਸੰਦ ਦੀ ਜੋ ਮਰਜ਼ੀ ਲੈ ਸਕਦਾ ਕੋਟਾ ਡੋਰੀਆ ਦਾ ਦੁਪੱਟਾ ਲਗਾਇਆ ਜੋ ਵਰਕ ਅਸੀਂ ਸਲਵਾਰ ਤੇ ਕਰਾਇਆ ਉਹੀ ਵਰਕ ਅਸੀਂ ਦੁਪੱਟੇ ਤੇ ਕਰਵਾਇਆ ਠੀਕ ਹੈ ਸੇਮ ਪੇਂਟ ਹੋਇਆ ਹੋਇਆ ਹੈ ਨਾ ਇਹ 1000 ਦੇ ਰੇਂਜ ਚ ਹੈ ਪਟਿਆਲਾ ਫੁਲਕਾਰੀ ਆ ਗਈ ਪਟਿਆਲਾ ਸਲਵਾਰ ਇਹ 400 ਦੀ ਰੇਂਜ ਚ ਹੈ ਜੀ ਪਿਓਰ ਕੋਟਨ ਤੇ ਬਣੀ ਹੋਈ ਹੈ ਜੀ ਠੀਕ ਹੈ ਜੀ ਕਾਫੀ ਖੁੱਲੀ ਸਲਵਾਰ ਹੈ ਦੇਖੋ ਫੁਲਕਾਰੀ ਕੀ ਇਹ ਥਰੈਡ ਹੈਂਡ ਵਰਕ ਦਾ ਯੂਜ਼ ਹੋਇਆ ਪਿਆ ਫੁਲਕਾਰੀ ਅੱਛਾ ਜੀ ਅੱਛਾ ਇਹ ਹੱਥ ਦੀ ਕਢਾਈ ਕੀਤੀ ਹੋਈ ਹੈ ਇਹ ਹੱਥ ਦੀ ਕਢਾਈ ਹੈ ਮਸ਼ੀਨ ਚ ਕੀਤੀ ਹੋਈ ਹੈ ਅੱਛਾ ਮਸ਼ੀਨ ਚ ਕੀਤੀ ਹੋਈ ਤੇ ਇਹ ਨਾਲ ਦੁਪੱਟਾ ਨਾਲ ਫੋਰ ਸਾਈਡ ਹੋਏਗਾ ਮੈਂ ਬੜੀ ਦੇਖ ਰਿਹਾ ਹਾਂ ਥੋੜਾ ਪੰਜਾਬੀ ਕਲਚਰ ਦਿਖਾਣਾ ਪੰਜਾਬੀ ਕਲਚਰ ਵਾਲਾ ਇਹ ਕੀ ਪ੍ਰਾਈਸ ਹੈ ਨਾ ਇਹ 1400 ਦੀ ਹੈ ਜੀ 1400 ਕੇ ਵੀ ਫੁੱਲ ਪਟਿਆਲਾ ਸਪੈਸ਼ਲ ਸਲਵਾਰ ਆ ਜਾਏਗੀ ਜੀ 350 ਦੀ ਰੇਂਜ ਇਹ ਸੈਲਫ ਚ ਬਣੀ ਹੋਈ ਹੈ ਜੀ ਠੀਕ ਹੈ ਜੀ ਆਪਣੇ ਕੋਲ ਕਲਰਸ ਕਿਹੜੇ ਕਿਹੜੇ ਹੈ ਸਲਫ ਦੇ ਵਿੱਚ ਸਲਫ ਦੇ ਵਿੱਚ ਆਪਣੇ ਕੋਲ ਨੇਵੀ ਬਲੂ ਹਾਂਜੀ ਤੇ ਸਕਿਨ ਅਵੇਲੇਬਲ ਹੈਗਾ ਬਾਕੀ ਆਰਡਰ ਤੇ ਜਿਹੜਾ ਕਲਰ ਕੋਗੇ ਬਣ ਜੇ ਠੀਕ ਹੈ ਇਹ ਆ ਜਾਏਗੀ ਜੀ ਕੋਟਨ ਵਿੱਚ ਹਾਂਜੀ ਚਿਕਨ ਦੀ ਸਲਵਾਰ ਹਾਂਜੀ ਤੇ ਬਹੁਤ ਪਿਆਰਾ ਵਰਕ ਹੋਇਆ ਪਿਆ ਹਾਂਜੀ ਹਾਂ ਨਹੀਂ ਬਹੁਤ ਸੋਹਣਾ ਤੁਸੀਂ 골ਡਨ ਸ਼ਰਟ ਵੀ ਕਰ ਸਕਦੇ ਹੋ ਜਾਂ ਕੋਈ ਵੀ ਡਾਰਕ ਕੁਰਤੇ ਤੁਸੀਂ ਕੰਟਰਾਸਟ ਕਰਕੇ ਲਗਾ ਸਕਦੇ ਹੋ ਸਾਡੇ ਕੋਲ ਕੁਰਤੀਆਂ ਵੀ ਸਟਿਚ ਹੋਣਗੀਆਂ ਬਹੁਤ ਜੈਨੂਇਨ ਪ੍ਰਾਈਸ ਹੈ
ਇਹ ਮਿਰਰ ਵਰਕ ਦੀ ਕੋਟਨ ਚ ਸਲਵਾਰ ਕਿੰਨੇ ਮੀਟਰ ਇਹ 3.5 ਦੀ ਬਣੀ ਹੁੰਦੀ ਹੈ 3.5 ਮੀਟਰ ਦੀ ਠੀਕ ਹੈ ਜੀ ਪਿਓਰ ਕੋਟਨ ਮਿਰਰ ਵਰਕ ਠੀਕ ਹੈ ਇਸ ਨਾਲ ਇਹ ਫੈਸਿਲਿਟੀ ਹੈ ਨਾਲ ਤੁਸੀਂ ਦੁਪੱਟਾ ਵੀ ਹੈਗਾ ਓਕੇ ਦੁਪੱਟਾ ਵੀ ਪਿਓਰ ਕੋਟਨ ਚ ਕੋਟਡ ਓਰੀਅਨ ਮਿਲੇਗਾ ਇਸ ਨਾਲ ਤੁਸੀਂ ਕੋਈ ਵੀ ਕੰਟਰਾਸਟ ਡਾਰਕ ਕਲਰ ਦੇ ਕੰਬੀਨੇਸ਼ਨ ਕਰ ਸਕਦੇ ਹੋ 1000 ਦੀ ਰੇਂਜ ਹੈਗਾ 1000 ਦੀ ਰੇਂਜ ਦੋਨੋਂ ਤੇ ਜੇ ਆਪਾਂ ਕੱਲੀ ਸਲਵਾਰ ਲੈਣੀ ਹੋਈ ਮਿਲ ਜਾਂਦੀ ਹੈ ਕੱਲੀ ਸਲਵਾਰ ਵੀ ਮਿਲ ਜਾਏਗੀ ਜੀ ਉਹ ਕਿੰਨੇ ਦੀ ਪਈ ਕੱਲੀ ਸਲਵਾਰ 400 ਦੀ ਹੈ ਜੀ ਠੀਕ ਹੈ ਜੀ ਸਾਡੇ ਕੋਲ ਇਸ ਟਾਈਪ ਦੇ ਕਈ ਕਲਰ ਮਿਲ ਜਾ ਕਰਨਗੇ ਜਿਵੇਂ ਬੋਟਲ ਗ੍ਰੀਨ ਹੈ ਇਸ ਤੇ ਰੈੱਡ ਮੈਚਿੰਗ ਔਰੇਂਜ ਮੈਚਿੰਗ ਨੇਵੀ ਬਲੂ ਕਈ ਕੰਟਰਾਸਟ ਅਵੇਲੇਬਲ ਹੁੰਦੇ ਆ ਸਾਡੇ ਕੋਲ ਇਸ ਦੇ ਨਾਲ ਵੀ ਸਾਡੇ ਕੋਲ ਦੁਪੱਟਾ ਹੈ ਕੋਟਨ ਦਾ ਇਹ ਵੀ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਤੁਸੀਂ ਬੋਟਲ ਗ੍ਰੀਨ ਸਾਡੇ ਤੋਂ ਕੁਰਤੀ ਕਹੋਗੇ ਕੁਰਤੀ ਅਵੇਲੇਬਲ ਹੈ ਅਗਰ ਤੁਸੀਂ ਆਪਣੀ ਮਰਜ਼ੀ ਦਾ ਕੋਈ ਕੱਪੜਾ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ ਤੇ ਇਹਦਾ ਕੀ ਪ੍ਰਾਈਸ ਹੈ ਇਹ 1000 ਦੀ ਰੇਂਜ ਹੈ ਜੀ ਸਲਵਾਰ ਦੁਪੱਟਾ ਤੇ ਖਾਲੀ ਸਲਵਾਰ ਲੋਗੇ ਤਾਂ 400 ਦੀ ਠੀਕ ਹੈ ਮੈਂ ਉਮੀਦ ਕਰਦੀ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਏਗੀ ਤੇ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲ ਗਈ ਹੋਏਗੀ ਪਟਿਆਲਾ ਸ਼ਾਹੀ ਚੀਜ਼ਾਂ ਦੇ ਬਾਰੇ ਤੇ ਮੈਂ ਜਲਦੀ ਤੁਹਾਡੇ ਸਾਹਮਣੇ ਪਟਿਆਲਾ ਸ਼ਾਹੀ ਪੱਗ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੀ ਤੇ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ